हेलो फ्रेंड्स, आप जी का मेरे यूट्यूब चैनल थिंक टेक में बहुत बहुत स्वागत है। सो फ्रेंड्स, आज दी वीडियो दे विच असी डिस्कस करांगे कि जो तुसी मास्टर कैडर अते ईटीटी दा ऑनलाइन फॉर्म अप्लाई किया होया है या करदे पे हो या करना है कि उहदे विच जिहड़ी अटेस्टेड फोटो तुसी लगानी है अपनी सेल्फ अटेस्टेड फोटो की है जरूरी है या नहीं है। मैं पहले भी इसके रिगार्डिंग वीडियो बना चुका है, उस तो बाद मैनू काफ़ी ज़्यादा कैंडीडेट्स के कमेंट्स भी आए, मैसेज भी आए कि सर साडी करैक्शन करनी है ਅਤੇ ਕਈਆਂ ਦੀ ਕਰੈਕਸ਼ਨ ਕੀਤੀ ਵੀ ਹੈ ਅਤੇ ਮੈਂ ਮੈਕਸੀਮਮ ਕਈ ਕੈਂਡੀਡੇਟਸ ਇੱਦਾਂ ਦੇ ਵੀ ਦੇਖੇ ਜਿਨ੍ਹਾਂ ਨੇ ਕਹਿਣ ਦੇ ਬਾਵਜੂਦ ਵੀ ਜਿਹੜੀ ਅਟੈਸਟਡ ਫੋਟੋ ਨਹੀਂ ਲਗਾਈ। ਠੀਕ ਹੈ ਜੀ, ਮੈਂ ਤੁਹਾਨੂੰ ਇੱਥੇ ਪਰੂਫ ਦੱਸ ਦਿੰਦਾ, ਇਹ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ। ਇੱਥੇ ਤੁਸੀਂ ਆਹ ਦੇਖ ਸਕਦੇ ਹੋ ਰਿਕੁਆਇਰਮੈਂਟ ਫੋਰ ਵੇਰੀਅਸ ਪੋਸਟ, 2182 ਪੋਸਟਾਂ ਦਾ ਲਿੰਕ ਮੈਂ ਤੁਹਾਨੂੰ ਇੱਥੇ ਓਪਨ ਕਰ ਦਿੰਦਾ ਅਤੇ ਦੂਸਰੀ ਸਾਈਡ ਮੈਂ ਤੁਹਾਨੂੰ ETT ਵਾਲਾ ਜਿਹੜਾ ਲਿੰਕ ਹੈ 1664 ਪੋਸਟਾਂ ਦਾ ਉਹ ਲਿੰਕ ਕਰ ਦਿੰਦਾ। ਇੱਥੇ ਮੈਂ ਤੁਹਾਨੂੰ ਉਹਨਾਂ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਉਹ ਸ਼ੋਅ ਕਰ ਦਿੰਦਾ। ਠੀਕ ਹੈ ਜੀ, ਆਹ ਹੈ ਇਹਨਾਂ ਦੀ ਐਡਵਰਟਾਈਜ਼ਮੈਂਟ। ਪਹਿਲੇ ਤਾਂ ਪਬਲਿਕ ਨੋਟਿਸ ਹੈ, ਤੁਸੀਂ ਇਹਨੂੰ ਦੇਖ ਸਕਦੇ ਹੋ, ਦੇਖਣਾ ਤਾਂ ਇਹਨੂੰ ਮੈਂ ਡਾਊਨਲੋਡ ਕਰ ਲੈਣਾ ਹੈ। ਠੀਕ ਹੈ ਜੀ, ਇੱਥੇ ਯੈਸ ਕਰ ਲੈਣੇ। ਦੂਸਰਾ ਐਡਵਰਟਾਈਜ਼ਮੈਂਟ ਹੈ, ਇਹਨੂੰ ਵੀ ਆਪਾਂ ਡਾਊਨਲੋਡ ਕਰ ਲੈਣੇ ਅਤੇ ਸਿਲੇਬਸ ਹੈ। ਠੀਕ ਹੈ ਜੀ, ਸੋ ਮੈਂ ਤੁਹਾਨੂੰ ਇਹ ਸ਼ੋਅ ਕਰ ਦਿੰਦਾ ਇੱਕ ਵਾਰ। ਉਸ ਤੋਂ ਬਾਅਦ ਆਹ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਡਾਊਨਲੋਡ ਕਰਨ ਤੋਂ ਬਾਅਦ ਸ਼ੋਅ ਕਰ ਦਿੰਦਾ ਇਹ ਐਡਵਰਟਾਈਜ਼ਮੈਂਟ ਹੈ ਇਹਨਾਂ ਦੀ। ਉਸ ਤੋਂ ਬਾਅਦ ਦੂਸਰਾ ਸਾਡੇ ਕੋਲ ਪਬਲਿਕ ਨੋਟਿਸ ਆ, ਇਹਨਾਂ ਦਾ ਉਹ ਮੈਂ ਤੁਹਾਨੂੰ ਇਸ਼ਾਰਾ ਸ਼ੋਅ ਕਰ ਦਿੰਦਾ ਜਿਹਦੇ ਵਿੱਚ ਇਹਨਾਂ ਨੇ ਸਪੈਸ਼ਲੀ ਦੱਸਿਆ ਹੋਇਆ ਕਿ ਜਿਹੜੀ ਤੁਸੀਂ ਫੋਟੋ ਹੈ ਉਹ ਟੈਸਟ ਲਗਾਉਣੀ ਆ। ਦੇਖੋ ETT ਵਾਲਾ ਮੈਂ ਤੁਹਾਡੇ ਸਾਹਮਣੇ ਡਾਊਨਲੋਡ ਕੀਤਾ ਹੈ। ਠੀਕ ਹੈ ਜੀ, ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿੱਥੇ ਇਹਨਾਂ ਨੇ ਦੱਸਿਆ ਕਿ ਤੁਸੀਂ ਜਿਹੜੀ ਫੋਟੋ ਆਪਣੀ ਟੈਸਟ ਲਗਾਉਣੀ ਹੈ। ਸੋ ਕਾਫੀ ਕੈਂਡੀਡੇਟਸ ਹੈਗਾ ਜਿਨ੍ਹਾਂ ਨੇ ਨਹੀਂ ਲਗਾਈ। ਦੇਖੋ ਜੀ, ਤੁਹਾਨੂੰ ਪਤਾ ਹੈ ਵੈਕੈਂਸੀ ਅੱਗੇ ਬਹੁਤ ਹੈ, ਫੋਰਮ ਦੇ ਵਿੱਚ ਗਲਤੀ ਨਾ ਕਰੋ। ਠੀਕ ਹੈ ਜੀ, ਬਹੁਤ ਅੱਛੀ ਗੱਲ ਹੈ ਕਿ ਤੁਸੀਂ ਬਹੁਤ ਪ੍ਰੈਪਰੇਸ਼ਨ ਕੀਤੀ ਹੈ, ਯੂ ਆਰ ਵੈਰੀ ਹਾਈਲੀ ਕੁਆਲੀਫਾਈਡ। ਬਟ ਦੇਖੋ ਜੀ, ਤੁਸੀਂ ਉਹਨਾਂ ਦੇ ਅਕੋਰਡਿੰਗ ਚੱਲੋ, ਨਾ ਕਿ ਉਹਨਾਂ ਨੇ ਤੁਹਾਡੇ ਅਕੋਰਡਿੰਗ ਚੱਲਣਾ। ਦੇਖੋ ਸਪੈਸ਼ਲ ਉਹਨਾਂ ਨੇ 5ਵਾਂ ਪੁਆਇੰਟ ਦਿੱਤਾ ਹੋਇਆ, ਉਮੀਦਵਾਰ ਇੱਕ ਸਵੈ ਤਸਦੀਕੀ ਫੋਟੋ ਅਤੇ ਸਕੈਨ ਕੀਤੇ ਹਸਤਾਕਸ਼ਰ। ਚਲੋ ਜਿਹੜੇ ਤੁਹਾਡੇ ਸਿਗਨੇਚਰ ਹੈ ਉਹ ਤਾਂ ਸਕੈਨਡ ਹੀ ਹੈ, ਬਟ ਆਹ ਦੇਖੋ ਸਵੈ ਤਸਦੀਕੀ ਫੋਟੋ। ਠੀਕ ਹੈ ਜੀ, ਔਨਲਾਈਨ ਅਪਲਾਈ ਕਰਨ ਸਮੇਂ ਅਪਲੋਡ ਕਰੇਗਾ। ਦੇਖੋ ਜੀ, ਡਾਇਰੈਕਟਲੀ ਦਿੱਤਾ ਹੋਇਆ ਪੁਆਇੰਟ ਨੰਬਰ 5 ETT ਦਾ, ਤੁਹਾਡੇ ਸਾਹਮਣੇ 1664 ਪੋਸਟਾਂ ਦਾ ਇੱਥੇ ਐਡਵਰਟਾਈਜ਼ਮੈਂਟ ਓਪਨ ਕੀਤਾ, ਉਹਦੇ ਵਿੱਚ ਦੱਸਿਆ ਹੋਇਆ। ਸੋ ਮੈਂ ਤੁਹਾਨੂੰ ਇਹੀ ਗਾਈਡ ਕਰਨਾ ਚਾਹਾਂਗਾ ਕਿ ਜੇਕਰ ਤੁਸੀਂ ਹਾਲੇ ਤੱਕ ਅਪਲੋਡ ਨਹੀਂ ਕੀਤੀ, ਕਾਫੀ ਨੇ ਨਹੀਂ ਕੀਤੇ, ਮੈਂ ਖੁਦ ਫੋਰਮ ਚੈੱਕ ਕੀਤੇ, ਤਾਂ ਮੈਂ ਨਾਲ ਰਿਕੁਐਸਟ ਕਰਨਾ ਹੈ ਕਿ ਉਹ ਕਰ ਦਿਓ ਜੀ। ਨੈਕਸਟ ਮੈਂ ਗੱਲ ਕਰਦਾ ਜੀ ਮਾਸਟਰ ਕੈਡਰ ਦੀ, ਇੱਥੇ ਮੈਂ ਉਹਨਾਂ ਦਾ ਲਿੰਕ ਓਪਨ ਕੀਤਾ ਹੋਇਆ। ਤੁਸੀਂ ਇਹਨਾਂ ਵਿੱਚੋਂ ਕੋਈ ਵੀ ਉਹਨਾਂ ਦਾ ਜਿਹੜਾ ਇੱਥੇ ਰਿਕੁਆਇਰਮੈਂਟ ਹੈ ਐਡਵਰਟਾਈਜ਼ਮੈਂਟ ਓਪਨ ਕਰ ਲਓ। ਲਾ ਲਓ ਮੈਂ ਇੱਥੇ ਇੰਗਲਿਸ਼ ਦੀ ਓਪਨ ਕਰਦਾ, ਇਹਨੂੰ ਮੈਂ ਡਾਊਨਲੋਡ ਕਰਨਾ ਹੈ। ਠੀਕ ਹੈ ਜੀ, ਡਾਊਨਲੋਡ ਕਰਕੇ ਇਹ ਵੀ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ ਕਿ ਇਹਦੇ ਵਿੱਚ ਉਹਨਾਂ ਨੇ ਕੀ ਦੱਸਿਆ ਹੋਇਆ। ਸੇਮ 5ਵਾਂ ਪੁਆਇੰਟ ਇਹਦੇ ਵਿੱਚ ਵੀ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ ਇੱਥੇ। ਠੀਕ ਹੈ ਜੀ, ਸ਼ੋਅ ਕਰ ਦਿੰਦਾ ਇਹਦੇ ਵਿੱਚ ਕੀ ਹੈ ਜੀ। ਸੋ ਇੱਥੇ ਮੈਂ ਇਹਨਾਂ ਦੀ ਸੇਮ ਐਡਵਰਟਾਈਜ਼ਮੈਂਟ ਓਪਨ ਕਰਦਾ ਹਾਂ, ਆਹ ਦੇਖ ਸਕਦੇ ਹੋ ਤੁਸੀਂ। ਸੋ ਇਹਦੇ ਵਿੱਚ ਵੀ ਸੇਮ ਪੁਆਇੰਟ ਉਹੀ ਦਿੱਤਾ ਹੋਇਆ ਇਹਨਾਂ ਨੇ, ਜਿਹੜਾ ਸਾਡਾ 5th ਪੁਆਇੰਟ ਮੈਂ ਤੁਹਾਨੂੰ ਉਹਦੇ ਵਿੱਚ ਦੱਸਿਆ। ਆਹ ਦੇਖੋ, ਇੱਥੇ ਤੁਸੀਂ ਦੇਖ ਸਕਦੇ ਹੋ। ਸੋ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਪਿਆ, ਇਹਨੂੰ ਪਲੀਜ਼ ਥੋੜ੍ਹਾ ਸੀਰੀਅਸਲੀ ਲਓ, ਬਿਕੋਜ਼ ਤੁਹਾਨੂੰ ਪਤਾ ਹੈ 3 ਛੁੱਟੀਆਂ ਹੋ ਗਈਆਂ, ਫੀਸ ਅੱਗੇ ਨਹੀਂ ਕਨਫਰਮ ਹੋ ਰਹੀ। ਠੀਕ ਹੈ ਜੀ, ਐਂਡ ਸੈਕਿੰਡ ਥਿੰਗ, ਬੈਂਕ ਵਿੱਚ ਵੀ ਕਾਫੀ ਕੈਂਡੀਡੇਟਸ ਨੂੰ ਪ੍ਰੋਬਲਮ ਆ ਰਹੀ ਹੈ, ਇਹ ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ। ਦੇਖੋ ਇੱਥੇ 5ਵਾਂ ਪੁਆਇੰਟ, ਉਮੀਦਵਾਰ ਇੱਕ ਸਵੈ ਤਸਦੀਕੀ ਫੋਟੋ ਅਤੇ ਸਕੈਨ ਕੀਤੇ ਹਸਤਾਕਸ਼ਰ ਦਸਤਖਤ ਔਨਲਾਈਨ ਅਪਲੋਡ ਕਰਨ ਸਮੇਂ ਅਪਲੋਡ ਕਰੇਗਾ। ਠੀਕ ਹੈ ਜੀ, ਇਹ ਤੁਹਾਡਾ UGC ਨੈਟ ਦਾ ਫੋਰਮ ਨਹੀਂ ਹੈ, ਨੀਟ ਦਾ ਫੋਰਮ ਨਹੀਂ ਹੈ, JEE ਦਾ ਫੋਰਮ ਨਹੀਂ ਹੈ। ਠੀਕ ਹੈ ਜੀ, CSIR ਦਾ ਫੋਰਮ ਨਹੀਂ ਹੈ, ਅਦਰ ਤੁਸੀਂ ਇਹ ਟੈਸਟ ਅਪਲਾਈ ਕਰਦੇ ਉਹਦਾ ਫੋਰਮ ਨਹੀਂ ਹੈ, ਬਿਕੋਜ਼ ਉਹਨਾਂ ਦੀਆਂ ਗਾਈਡਲਾਈਨਸ ਕੁਛ ਅਲੱਗ ਹੁੰਦੀਆਂ, ਇਹਨਾਂ ਦੀ ਗਾਈਡਲਾਈਨਸ ਕੁਛ ਅਲੱਗ ਹੈ। ਸਪੈਸ਼ਲ ਦੇਖੋ, ਇਹਨਾਂ ਨੇ ਆਪਣੇ ਜਿਹੜੇ ਐਡਵਰਟਾਈਜ਼ਮੈਂਟ ਹੈ, ਬੇਸ਼ੱਕ ਤੁਸੀਂ ਜਿਹੜੇ ਮਰਜ਼ੀ ਸਬਜੈਕਟ ਦੇ ਹੋ, ਇੰਗਲਿਸ਼ ਦੇ ਹੋ, ਸਾਇੰਸ ਦੇ ਹੋ, ਪੰਜਾਬੀ ਦੇ ਹੋ, ਸੋਸ਼ਲ ਸਾਇੰਸ ਦੇ ਹੋ, ਮੈਥਮੈਟਿਕਸ ਦੇ ਹੋ, ਹਰੇਕ ਗਾਈਡਲਾਈਨ ਵਿੱਚ ਇਹਨਾਂ ਨੇ ਦੱਸਿਆ ਹੋਇਆ ਜਿਹੜਾ 5ਵਾਂ ਪੁਆਇੰਟ ਹੈ ਕਿ ਤੁਸੀਂ ਸੈਲਫ ਸਟੇਟਡ ਜਿਹੜੀ ਫੋਟੋ ਹੈ ਉਹ ਤੁਸੀਂ ਅਪਲੋਡ ਕਰਨੀ ਹੈ। ਦੇਰ ਆਰ ਸੋ ਮੈਨੀ ਕੈਂਡੀਡੇਟਸ ਜਿਨ੍ਹਾਂ ਨੇ ਅਪਲੋਡ ਨਹੀਂ ਕੀਤੀ ਹੈ, ਪਲੀਜ਼ ਮੈਂ ਉਹਨਾਂ ਨੂੰ ਬਾਰ ਬਾਰ ਇਹੀ ਰਿਕੁਐਸਟ ਕਰਾਂਗਾ, ਕਰ ਦਿਓ, ਬਿਕੋਜ਼ ਪੋਸਟਾਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਹੀ ਦੱਸਦਾ, ਅੱਗੇ ਬਹੁਤ ਜ਼ਿਆਦਾ ਹੈ ਜੀ। ਠੀਕ ਹੈ ਜੀ, ਉਹ ਤੁਹਾਨੂੰ ਪਤਾ ਹੀ ਹੈ, ਬਾਕੀ ਕੈਂਡੀਡੇਟਸ ਅਲੋਟ ਹੈ, ਤਾਂ ਬਾਕੀ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਅਪਲੋਡ ਕਰਨ ਵਿੱਚ, ਕੋਈ ਸਾਈਜ਼ ਨਹੀਂ ਤੁਹਾਡੇ ਕੋਲ ਸੈੱਟ ਹੋ ਰਿਹਾ ਮੋਬਾਈਲ ਵਿੱਚੋਂ, ਤੁਸੀਂ ਕਿਵੇਂ ਅਪਲੋਡ ਕਰਨੀ ਹੈ, ਇਹ ਸਾਰੀ ਵੀਡੀਓਜ਼ ਮੈਂ ਪਹਿਲੇ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕਰ ਚੁੱਕਾ ਹੈ, ਜੋ ਕਿ ਮੇਰੇ ਅਕੋਰਡਿੰਗ ਤੁਹਾਡੇ ਲਈ ਕਾਫੀ ਹੈਲਪਫੁਲ ਹੋਣਗੀਆਂ। ਅਤੇ ਸੇਮ ਤੁਹਾਡੇ ਕੋਲ, ਤੁਹਾਨੂੰ ਪਤਾ ਹੈ, ਡਿਊ ਟੂ ਲੋਕਡਾਊਨ ਸਾਰੇ ਕੈਫੇਜ਼ ਵਗੈਰਾ ਬੰਦ ਹੈ, ਤਾਂ ਤੁਸੀਂ ਆਪਣੇ ਸਮਾਰਟਫੋਨ ਤੋਂ ਹੀ ਸਾਰੀ ਪ੍ਰੋਸੈਸ ਕਰ ਸਕਦੇ ਹੋ। A to Z ਕਿੱਦਾਂ ਕਰਨੀ, ਤੁਹਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ, ਮੈਂ ਸਾਰੀ A to Z ਜਿਹੜੀ ਤੁਸੀਂ ਪ੍ਰੋਸੈਸ ਆਪਣੇ ਲੈਪਟਾਪ ਡੈਸਕਟਾਪ ਤੋਂ ਕਰਦੇ ਹੋ ਜਾਂ ਕੈਫੇ ਤੋਂ ਕਰਾਉਂਦੇ ਹੋ, ਹਰੇਕ ਦੀ ਵੀਡੀਓ ਮੈਂ ਅਪਲੋਡ ਕੀਤੀ ਹੈ, ਜੋ ਤੁਹਾਡੇ ਲਈ ਕਾਫੀ ਯੂਸਫੁਲ ਹੋਊਗੀ, ਉਹਨਾਂ ਨੂੰ ਦੇਖ ਕੇ ਤੁਸੀਂ ਆਪਣਾ ਸਾਰਾ ਕੰਮ ਕਰ ਸਕਦੇ ਹੋ। ਜੇਕਰ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ। ਸੋ ਫਰੈਂਡਸ, ਇਹਨੂੰ ਅਪਲੋਡ ਕਰੋ, ਜ਼ਰੂਰੀ ਹੈ। ਜੇ ਨਹੀਂ ਕਰਨੇ, ਚਲੋ ਉਹ ਤਾਂ ਤੁਹਾਡੀ ਇੱਛਾ, ਬਟ ਮੇਰਾ ਸੀਗਾ
इस वीडियो का मोटिव कि तुहानू ये फिर तो एक बार मैं तुहानू दसा कि ये काफ़ी जड़े कैंडीडेट्स ने नहीं किया उन्हूं ठीक है जी हले तक तो अपलोड कर देन बिकॉज करैक्शन पैनल हले ओपन है बाद सब कुछ तुहानू पता है बंद हो जाना फिर फोटो की तुहाडे की एडिटिंग वगैरह कुछ नहीं होना जो कुछ तुम फिल करता डैट्स फाइनल सो फ्रेंड्स वीडियो में शेयर करो बिकॉज नॉट ओनली यू नॉट ओनली मी देर आर सो मैनी कैंडीडेट्स इदा देने जिन्हों पता ही नहीं है कि करना बस फॉर्म फिल किया डैट्स ओके अते प्रैपरेशन तुसी करदे पे हो बहुत वधिया गल है बट ये जड़ियाँ चीज़ा ये भी जानिया जरूरी है जी तुहाडे लई थैंक यू फ्रेंड्स वॉचिंग दिस वीडियो वीडियो नू लाइक करना चैनल नू सबसक्राइब करना ना भुलो सो डैट इन फ्यूचर जड़ी भी होर अपडेट आऊगी वह नोटिफिकेशन तुहानू टाइमली मिलता रहे सो थैंक यू फ्रेंड्स फॉर योर प्रीशियस टाइम